ਕਰਦਾ ਇਹ ਕੀ ਕਰ ਲੈ ਆ ਦੇਖੋ ਈ ਰਿਕਸ਼ਾ ਚਲਾ ਰਹੇ ਡਰਾਈਵਰ ਦਾ ਹਾਲ, ਇਸ ਨੂੰ ਕੋਈ ਹੋਸ਼ ਨਹੀਂ, ਕੀ ਇਹ ਕਰ ਕੀ ਰਿਹਾ, ਸੱਪ ਵਾਂਗੂ ਸੜਕ ਤੇ ਮੇਲਦਾ ਜਾ ਰਿਹਾ ਔਰ ਨਸ਼ੇ ਦੇ ਨਾਲ ਪੂਰਾ ਧੋਤਾ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਸ ਦਾ ਕਾਰਨਾਮਾ ਕੈਦ ਕੀਤਾ। ਇਸ ਨੇ ਅੱਗੇ ਜਾ ਕੇ ਕਈਆਂ ਨੂੰ ਟੱਕਰ ਮਾਰੀ ਔਰ ਕਈ ਇਸ ਦਾ ਹਾਲ ਦੇਖ ਕੇ ਖੁਦ ਹੀ ਪਿੱਛੇ ਹਟ ਗਏ। ਇੱਕ ਬਜ਼ੁਰਗ ਸੜਕ ਪਾਰ ਕਰਦੀ ਪਈ ਸੀ, ਬਿਲਕੁਲ ਉਸਦੇ ਕੋਲ ਜਾ ਕੇ ਇਸ ਨੇ ਕੱਟ ਮਾਰਿਆ ਔਰ ਬਜ਼ੁਰਗ ਦੀ ਜਾਨ ਬਚੀ। ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਨਾਲ ਇਸ ਡਰਾਈਵਰ ਨੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਜ਼ੋਖਮ ਦੇ ਵਿੱਚ ਪਾ ਦਿੱਤਾ। ਅੰਮ੍ਰਿਤਸਰ ਦੀਆਂ ਸੜਕਾਂ ਤੇ ਇਹ ਈ ਰਿਕਸ਼ਾ ਨਜ਼ਰ ਆਇਆ ਜਿਸ ਨੇ ਲੋਕਾਂ ਦਾ ਕਾਫੀ ਨੁਕਸਾਨ ਕੀਤਾ। ਨਸ਼ੇ ਦੇ ਨਾਲ ਧੁੱਤਾ ਹੈ, ਇਸ ਨੂੰ ਕੋਈ ਪਤਾ ਨਹੀਂ ਕਿ ਇਹ ਕਰ ਕੀ ਰਿਹਾ। ਲੋਕਾਂ ਨੇ ਆਪਣੀਆਂ ਗੱਡੀਆਂ ਸਾਈਡ ਕਰਕੇ ਆਪਣਾ ਬਚਾਅ ਕੀਤਾ। ਕਈ ਕਿਲੋਮੀਟਰ ਲਗਾਤਾਰ ਨਸ਼ੇ ਦੇ ਵਿੱਚ ਟੱਲੀ ਹੋਇਆ ਇਹ ਰਿਕਸ਼ੇ ਦਾ ਡਰਾਈਵਰ ਲੋਕਾਂ ਨੂੰ ਟੱਕਰ ਮਾਰਦਾ ਹੋਇਆ ਦਿਖਾਈ ਦਿੰਦਾ ਹੈ। ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਅਕਸਰ ਹੀ ਆਟੋ ਰਿਕਸ਼ਾ ਵਾਲੇ ਨਸ਼ਾ ਕਰਕੇ ਲੋਕਾਂ ਦੇ ਨਾਲ ਐਕਸੀਡੈਂਟ ਕਰਦੇ ਨੇ ਔਰ ਫਿਰ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਵੀ ਆਉਂਦੇ ਨੇ। ਤਾਂ ਇਹ ਸੱਪ ਦੀ ਤਰ੍ਹਾਂ ਮੇਲਦਾ ਜਾ ਰਿਹਾ ਸੜਕ ਤੇ, ਇਸ ਨੂੰ ਕੋਈ ਹੋਸ਼ ਨਹੀਂ ਕਿ ਇਹ ਕਰ ਕੀ ਰਿਹਾ ਔਰ ਲੋਕਾਂ ਨੇ ਇਸ ਤੋਂ ਪਰਾਂ ਹਟ ਕੇ ਆਪਣੀ ਜਾਨ ਬਚਾਈ। ਅੱਗੇ ਜਾ ਕੇ ਇਸ ਨੇ ਕਈਆਂ ਦੇ ਵਿੱਚ ਆਟੋ ਮਾਰ ਦਿੱਤਾ ਔਰ ਇਹਨਾਂ ਦੇ ਖਿਲਾਫ ਲੋਕਾਂ ਦੇ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਵਰਿੰਦਰ ਕੁਮਾਰ ਜੀ, ਪੱਟੀ ਦਾ ਸਪੀਕਰ, ਬੀਜੇਪੀ ਤੋਂ ਪ੍ਰੈਜ਼ੀਡੈਂਟ ਹੈ ਸਿਟੀ। ਅੱਜ ਦਾ ਜਿਹੜਾ ਧਰਨਾ ਹੈ ਜੀ, ਇਹ ਪਰਿਵਾਰ ਵੱਲੋਂ ਪਰਚਾ ਦਰਜ ਹੋਣ ਤੋਂ ਬਾਅਦ, ਜਿੱਦਾਂ ਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਜਦੋਂ ਕਿ ਬਾਈ ਨੇਮ ਪਰਚਾ ਹੋਇਆ ਕੋਈ ਨੁਕਸਾਨ ਵੱਲ ਜਿਹੜੀ ਹੈ ਗ੍ਰਿਫਤ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਲੱਗੇ ਵੀ ਹਾਂ ਆਪਣੇ ਕਾਰਵਾਈ ਕੀਤੀ। ਪਹਿਲਾਂ ਵੀ ਸੀਗੇ ਜਿੱਤ ਜੈਨ ਜੀ, ਉਹਨਾਂ ਦਾ ਐਕਸਿਸ ਬੈਂਕ ਦੇ ਬਾਹਰ 1.5 ਲੱਖ ਦੀ ਲੁੱਟ ਕਰਦੇ ਕਰਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰਚੇ ਉਦੋਂ ਵੀ ਦਰਜ ਹੋਏ, ਉਦੋਂ ਵੀ ਕਾਰਵਾਈਆਂ ਹੋਈਆਂ, ਬੜੀ ਮੁਸਤੈਦੀ ਪੁਲਿਸ ਨੇ ਦਿਖਾਈ, ਟਰੇਸਿੰਗ ਵੀ ਹੋਈ, ਪਰ ਉਹ ਜਿਹੜੇ ਕਾਤਲ ਨੇ ਉਹ ਅੱਜ ਤੱਕ ਜਿਹੜੇ ਹੈ ਖੁੱਲ੍ਹੇਆਮ ਘੁੰਮ ਰਹੇ ਹੈ। ਜਦੋਂ 2-4 10 ਦਿਨ ਲੰਘ ਗਏ, ਸ਼ਹਿਰ ਵਾਸੀ ਵੀ ਭੁੱਲ ਗਏ ਔਰ ਪ੍ਰਸ਼ਾਸਨ ਵੀ ਢਿੱਲਾ ਪਿਆ ਗਿਆ। ਹੁਣ ਉਹਨਾਂ ਚੀਜ਼ਾਂ ਨੂੰ ਪੁਰਾਣੀਆਂ ਐਪੀਸੋਡ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਹੋਈਆਂ ਜਾਂ ਹੁਣ ਸੇਮ ਐਪੀਸੋਡਸ ਹੁਣ ਵਾਲੀਆਂ ਸਰਕਾਰਾਂ ਵੇਲੇ ਹੋ ਰਹੀਆਂ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਸ਼ਹਿਰ ਵਾਸੀ ਇਹਨਾਂ ਦੇ ਜਿਹੜੇ ਲਾਰੇ ਨੇ, ਜਿਹੜੇ ਕਿ ਹਮੇਸ਼ਾ ਝੂਠੇ ਹੀ ਸਾਬਤ ਹੁੰਦੇ ਰਹੇ ਆ, ਉਹਨਾਂ 'ਤੇ ਵਿਸ਼ਵਾਸ ਨਹੀਂ ਕਰ ਰਹੇ। ਸ਼ਹਿਰ ਵਾਸੀਆਂ ਦੀ ਔਰ ਪਰਿਵਾਰ ਵਾਲਿਆਂ ਦੀ ਇਹ ਮੰਗ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਅਗਰ ਜਿਸ ਤਰ੍ਹਾਂ ਕਿ ਉਹਨਾਂ ਦੇ ਫੋਨ ਨੰਬਰਸ ਨੇ, ਉਹਨਾਂ ਦੀਆਂ ਲੋਕੇਸ਼ਨਸ ਨੇ, ਜਿਸ ਤਰ੍ਹਾਂ ਕੇਸਿਸ ਜੋ ਇਹਨਾਂ ਨੂੰ ਆਪ ਐਡ ਹੁੰਦਾ ਹੈ ਗਵਰਨਮੈਂਟਸ ਨੂੰ,
ਫੌਰੀ ਕਾਰਵਾਈ ਹੁੰਦੀ ਹੈ। ਇੱਕ ਜਿਹੜੀ ਇਹ ਇੰਸੀਡੈਂਸ ਹੈ ਇਹਦੀ ਕੋਈ ਵੀ ਜਿਹੜੀ ਹੈ ਅੱਗੋਂ ਕਾਰਵਾਈ ਜਿਹੜੀ ਹੈ ਨਹੀਂ ਹੁੰਦੀ ਦਿਖ ਰਹੀ।